ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਤੇ ਅੱਜ ਤੁਹਾਡੇ ਲਈ ਇੱਕ ਨਵੇਂ ਭਰਤੀ ਦਾ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ ਜਿਸ ਦੇ ਵਿੱਚ ਬਹੁਤ ਸਾਰੇ ਕੈਂਡੀਡੇਟ ਜਿਹੜੇ ਐਲੀਜੀਬਲ ਹੋਣ ਵਾਲੇ ਨੇ ਅਤੇ ਇਸ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਪੂਰੀ ਡਿਟੇਲ ਦੇ ਵਿੱਚ ਵਿਦ ਅਫੀਸ਼ੀਅਲ ਨੋਟੀਫਿਕੇਸ਼ਨ ਤੁਸੀਂ ਕਿਦਾਂ ਅਪਲਾਈ ਕਰੋਗੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਐਲੀਜੀਬਿਲਿਟੀ ਤੇ ਏਜ ਲਿਮਿਟ ਤੇ ਤੁਹਾਡੀ ਸੈਲਰੀ ਪੇ ਸਕੇਲ ਕੀ ਰਹੇਗਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਜੀ ਤਾਂ ਕਿ ਤੁਹਾਨੂੰ ਹਰ ਇੱਕ ਚੀਜ਼ ਪੁੱਛਦੇ ਹੋ ਅਸੀਂ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਰਿਪਲਾਈ ਜ਼ਰੂਰ ਕਰਾਂਗੇ ਔਰ ਇਸ ਤੋਂ ਇਲਾਵਾ ਅਗਰ ਤੁਸੀਂ ਸਾਡੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਦੇ ਵਿੱਚ ਤੁਹਾਨੂੰ ਮਿਲਦਾ ਰਹੇ ਤੇ ਤੁਸੀਂ ਉੱਥੋਂ ਚੈੱਕ ਕਰਕੇ ਅਪਲਾਈ ਕਰ ਸਕੋ ਨਾਲ ਦੀ ਨਾਲ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹਵਾਂਗਾ ਅਗਰ ਤੁਸੀਂ ਸਾਡੀ ਵੈਬਸਾਈਟ ਥਲ ਤੱਕ ਵਿਜ਼ਿਟ ਨਹੀਂ ਕੀਤਾ ਜੋ ਕਿ www.clori.com ਹੈ ਜਲਦੀ ਨਾਲ ਜਾਓ ਉੱਥੇ ਵੀ ਵਿਜ਼ਿਟ ਕਰੋ ਅਤੇ ਚੈੱਕ ਕਰੋ ਜਿਹਦੇ ਵਿੱਚ 올 ਇੰਡੀਆ ਕੈਂਡੀਡੇਟਸ ਲਈ ਜਿਹੜੀ ਰਿਕਰੂਟਮੈਂਟ ਨੋਟੀਫਿਕੇਸ਼ਨ ਹੈ ਨੋਟੀਫਿਕੇਸ਼ਨ ਜਿਹੜੇ ਆਊਟ ਹੁੰਦੇ ਨੇ ਅਸੀਂ ਆਪਣੀ ਵੈਬਸਾਈਟ ਦੇ ਉੱਪਰ ਅਪਡੇਟ ਕਰਦੇ ਹਾਂ ਤੁਸੀਂ ਜਲਦੀ ਨਾਲ ਜਾ ਕੇ ਚੈੱਕ ਕਰਕੇ ਜਰੂਰ ਅਪਲਾਈ ਕਰ ਲਵੋ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦੇਣਾ ਚਾਹਨਾ ਹੈ ਜੀ ਬਹੁਤ ਸਾਰੇ ਰਿਕਰੂਟਮੈਂਟ ਨੋਟੀਫਿਕੇਸ਼ਨ ਜਿਹੜੀਆਂ ਨੇ ਉਹ ਆਊਟ ਕਰ ਦਿੱਤੀਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਵੀ ਉਹਨਾਂ ਦੇ ਵੀ ਸ਼ਾਰਟ ਨੋਟੀਫਿਕੇਸ਼ਨ ਜਿਹੜੇ ਨੇ ਆਊਟ ਹੋ ਚੁੱਕੇ ਨੇ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਸਾਡੇ ਚੈਨਲ ਤੇ ਵੀਡੀਓਜ਼ ਬਣੀਆਂ ਹੋਈਆਂ ਚੈੱਕ ਕਰਕੇ ਜਲਦੀ ਨਾਲ ਅਪਲਾਈ ਕਰ ਲਵੋ ਅਗਰ ਤੁਸੀਂ ਨਹੀਂ ਦੇਖਿਆ ਹਲ ਤੱਕ ਤਾਂ ਚਲੋ ਹੁਣ ਤੁਹਾਨੂੰ ਲੈ ਚੱਲਦਾ ਜੀ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਸਭ ਤੋਂ ਪਹਿਲਾਂ ਇਹ ਡਾਇਰੈਕਟੋਰੇਟ ਪੰਜਾਬ ਵੱਲੋਂ ਤੇ ਇਹਦੇ ਵਿੱਚ ਜਿਹੜਾ ਪੰਜਾਬ ਸੀਨੀਅਰ ਸੈਕੰਡਰੀ ਸਕੂਲ ਦੇ ਵੱਲੋਂ ਜਿਹੜੇ ਇਹਦੇ ਵਿੱਚ ਨਿਯੁਕਤੀਆਂ ਜਿਹੜੀਆਂ ਨੇ ਉਹ ਕੀਤੀਆਂ ਜਾਣੀਆਂ ਜਿਹੜੇ ਕਿ ਸਿੱਖਿਆ ਵਿਭਾਗ ਵਿਕੇ ਮਾਸਟਰ ਕਾਰਡਰ ਦੀਆਂ ਦਿਵਿਆਂਗ ਕੈਟਾਗਰੀ ਦੇ ਜਿਹੜੇ ਬੈਕਲੌਗ ਸਾਮੀਆਂ ਨੂੰ ਭਰਨ ਸੰਬੰਧੀ ਹਿੰਦੀ ਇੰਗਲਿਸ਼ ਤੇ ਮੈਥ ਸਾਇੰਸ ਜਿਹੜੇ ਨੇ ਵਿਸ਼ਾ ਦੇ ਖਾਲੀ ਰਹਿ ਗਈਆਂ ਸਨ ਤੇ ਉਹਨਾਂ ਨੂੰ ਹੁਣ ਜਿਹੜੀ ਨੇ ਭਰਨ ਦੀ ਉਹਨਾਂ ਨੇ ਜਿਹੜੀ ਹੈ ਰਿਕਰੂਟਮੈਂਟ ਨੋਟੀਫਿਕੇਸ਼ਨ ਆਊਟ ਕੀਤੀ ਹੈ ਸੋ ਇਸ ਦੇ ਵਿੱਚ ਤੁਸੀਂ ਜਿਹੜਾ ਆਨਲਾਈਨ ਅਪਲਾਈ ਕਰਨਾ ਸਟਾਰਟ ਹੋ ਚੁੱਕਾ ਹੈ 1.4.2021 ਤੋਂ ਤੇ ਤੁਸੀਂ ਜਲਦੀ ਨਾਲ ਇਹਨਾਂ ਦੀ ਵੈਬਸਾਈਟ ਜੋ ਕਿ ਇਹਨਾਂ ਨੇ ਮੈਂਸ਼ਨ ਕੀਤਾ ਹੈ www.educationrecruitmentboard.com ਦੇ ਉੱਪਰ ਜਾ ਕੇ ਤੁਸੀਂ ਜਿਹੜਾ ਐਪਲਾਈ ਕਰ ਲੈਣਾ ਜੋ ਕਿ ਲਾਸਟ ਡੇਡ ਹੈਗੀ ਹੈ 21/4/2021 ਇਹਨਾਂ ਦੀ ਜਿਹੜੀ ਕੈਟਾਗਰੀ ਵਾਈਜ਼ ਵਨ ਡੋ ਮੈਂ ਤੁਹਾਨੂੰ ਦੱਸ ਦਿੰਦਾ ਜੀ ਇਸ ਦੇ ਵਿੱਚ ਸਬਜੈਕਟ ਵਾਈਜ਼ ਉਹਨਾਂ ਲਿਖਿਆ ਹੋਇਆ ਹਿੰਦੀ ਦੇ ਵਿੱਚ ਜਿਹੜੀਆਂ ਨੇ ਟੋਟਲ 4 ਸਾਮੀਆਂ ਨੇ ਇੰਗਲਿਸ਼ ਸਬਜੈਕਟ ਦੇ ਲਈ ਟੋਟਲ 30 ਸਾਮੀਆਂ ਨੇ ਮੈਥ ਲਈ 50 ਸਾਇੰਸ ਲਈ 51 ਤੇ ਟੋਟਲ 135 ਜਿਹੜੀਆਂ ਨੇ ਪੋਸਟਾਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਕਿ ਇਹਦੇ ਵਿੱਚ ਤੁਹਾਡੀ ਕੀ ਕੁਆਲਿਫਿਕੇਸ਼ਨ ਜਿਹੜੀ ਉਹ ਰਹੇਗੀ ਸੋ ਇਸ ਦੇ ਵਿੱਚ ਅਗਰ ਤੁਸੀਂ ਹਿੰਦੀ ਸਬਜੈਕਟ ਦੇ ਲਈ ਕਰ ਰਹੇ ਹੋ ਇਹਦੇ ਵਿੱਚ ਸੇਮ ਜਿਹੜੇ ਆ ਪਰ ਜਿਹੜੇ ਤੁਸੀਂ ਦੇਖੋਗੇ ਸੇਮ ਫਾਰਮੈਟ ਦੇ ਵਿੱਚ ਸਿਰਫ ਸਬਜੈਕਟ ਚੇਂਜ ਹੋਏਗਾ ਬਾਕੀ ਸਭ ਕੁਝ ਸੇਮ ਜਿਹਾ ਰਹੇਗਾ ਜਿਸ ਦੇ ਵਿੱਚ ਤੁਹਾਨੂੰ ਜੇਕਰ ਤੁਸੀਂ ਗ੍ਰੈਜੂਏਸ਼ਨ 45% ਮਾਰਕਸ ਦੇ ਨਾਲ ਕੀਤੀ ਹੋਈ ਹੈ ਜਨਰਲ ਕੈਟਾਗਰੀ ਦੇ ਹੋ ਤਾਂ 45% ਅਗਰ ਤੁਸੀਂ ਕਿਸੇ ਰਿਜ਼ਰਵੇਸ਼ਨ ਕੈਟਾਗਰੀ ਤੋਂ ਤਾਂ 40% ਦੇ ਨਾਲ ਤੁਸੀਂ ਅਗਰ ਕੀਤੀ ਹੋਈ ਹੈ ਤੇ ਸੇਮ ਸਬਜੈਕਟ ਮਲੇ ਹਿੰਦੀ ਆ ਤਾਂ ਹਿੰਦੀ ਦੇ ਲਈ ਇੰਗਲਿਸ਼ ਅਤੇ ਇੰਗਲਿਸ਼ ਦੇ ਲਈ ਅਗਰ ਮੈਥ ਆ ਤਾਂ ਮੈਥ ਦੇ ਲਈ ਅਗਰ ਤੁਸੀਂ ਉਹ ਸਬਜੈਕਟ ਨਾਲ ਕੀਤੀ ਹੋਈ ਹੈ ਤਾਂ ਤੁਸੀਂ ਇਹਦੇ ਲਈ एलिਜੀਬਲ ਹੋ ਤੇ ਅਪਲਾਈ ਕਰ ਸਕਦੇ ਹੋ ਜੀ ਨੈਕਸਟ ਅਸੀਂ ਇਸ ਦੇ ਵਿੱਚ ਅਗਰ ਤੁਸੀਂ ਬੀਏਡ ਕੀਤੀ ਹੋਈ ਹੈ ਕਿਸੇ ਵੀ ਰੈਕੋਗਨਾਈਜ਼ ਜੂਡ ਤੋਂ ਹਿੰਦੀ ਸਬਜੈਕਟ ਦੇ ਨਾਲ ਤਾਔਰ ਤੁਸੀਂ ਜਿਹੜਾ ਕਿਸੇ ਵੀ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਵੀ ਕੀਤੀ ਹੋਈ ਹੈ ਤਾਂ ਵੀ ਤੁਸੀਂ ਇਹਦੇ ਲਈ ਜਿਹੜਾ ਅਪਲਾਈ ਕਰ ਸਕਦੇ ਹੋ ਸੋ ਇਹਦੇ ਲਈ ਸੇਮ ਤੁਸੀਂ ਇੰਗਲਿਸ਼ ਵਿਸ਼ੇ ਲਈ ਵੀ ਸੇਮ ਹੀ ਹੋਏਗਾ ਕਿ 45% ਜਨਰਲ ਵਾਲਿਆਂ ਲਈ ਤਾਂ 40% ਜਿਹੜਾ ਹੈ ਐਸੀਬੀਸੀ ਅਤੇ ਬਾਕੀ ਰਿਜ਼ਰਵੇਸ਼ਨ ਕੋਟੇ ਦੇ ਲਈ ਤੇ ਇਸ ਦੇ ਵਿੱਚ ਵੀ ਬੀਐਡ ਅਗਰ ਤੁਸੀਂ ਕੀਤੀ ਹੋਈ ਹੈ ਸੇਮ ਸਬਜੈਕਟ ਦੇ ਨਾਲ ਤਾਂ ਤੁਸੀਂ ਇਹਦੇ ਲਈ एलिਜੀਬਲ ਹੋ ਉਸ ਦੇ ਵਿੱਚ ਮੈਥ ਵਿਸ਼ੇ ਲਈ ਵੀ ਸੇਮ ਹੈ ਸਾਇੰਸ ਵਿਸ਼ੇ ਲਈ ਵੀ ਸੇਮ ਹੈ ਔਰ ਜਿਸ ਵਿੱਚ ਸਾਰੀਆਂ ਹੀ ਜਿਹੜੀਆਂ ਜੋ ਤੁਸੀਂ ਕਹਿ ਸਕਦੇ ਹੋ ਕੰਡੀਸ਼ਨਸ ਨੇ ਉਹ ਸਾਰਿਆਂ ਲਈ ਸੇਮ ਹੈਗੀਆਂ ਇਸ ਤੋਂ ਇਲਾਵਾ ਜਿਹੜੇ ਨੇ ਕਿ ਤੁਸੀਂ ਨੈਕਸਟ ਜਿਹੜੀ ਚੋਣ ਤੁਹਾਡਾ ਕਿਦਾਂ ਹੋਏਗਾ ਮਤਲਬ ਤੁਹਾਡਾ ਕਿਦਿਆਂ ਸਿਲੈਕਸ਼ਨ ਹੋਣ ਜਾ ਰਹੀ ਹੈ ਇਸ ਦੇ ਵਿੱਚ ਤੁਹਾਡਾ ਇੱਕ ਟੈਸਟ ਹੋਏਗਾ ਜੋ ਕਿ 150 ਮਾਰਕਸ ਦਾ ਹੋਏਗਾ ਇਸ ਦੇ ਵਿੱਚ ਅਗਰ ਤੁਸੀਂ ਪੀਐਸ ਟੈਕਟ ਕੀਤੀ ਹੋਈ ਹੈ ਉਸ ਦੇ ਜਿਹੜੇ ਮਾਰਕਸ ਨੇ ਉਹ ਮੈਰਿਟ ਲਿਸਟ ਵਿੱਚ ਨਹੀਂ ਜੋੜੇ ਜਾਣਗੇ ਜਿਹੜਾ ਤੁਹਾਡਾ ਰਿਟਨ ਟੈਸਟ ਹੋਏਗਾ ਉਸ ਦੇ ਵਿੱਚ ਹੀ ਮੈਰਿਟ ਬਣਾਈ ਜਾਏਗੀ ਔਰ ਉਹੀ ਫਾਈਨਲ ਜਿਹੜਾ ਹੋਏਗਾ ਅਗਰ ਤੁਸੀਂ ਪੀਐਸ ਪੀਐਸ ਟੈਸਟ ਦਿੱਤਾ ਹੋਇਆ ਉਸ ਦੇ ਜਿਹੜੇ ਨੰਬਰ ਨੇ ਇਹਦੇ ਵਿੱਚ ਨਹੀਂ ਜੋੜੇ ਜਾਣਗੇ ਸੋ ਨੈਕਸਟ ਅਸੀਂ ਗੱਲ ਕਰਦੇ ਹਾਂ ਜਿਹੜੀ ਹੋਰ ਕੰਡੀਸ਼ਨ ਨੇ ਕਿ ਤੁਸੀਂ ਇਹਦੇ ਲਈ ਜਿਹੜੀ ਐਪਲੀਕੇਸ਼ਨ ਫੀ ਹੈ ਸੌਰੀ ਤੁਹਾਡੀ ਜਿਹੜੀ ਪੇਮੈਂਟ ਰਹੇਗੀ ਤੁਹਾਨੂੰ ਕਿੰਨੀ ਸੈਲਰੀ ਦੇ ਚ ਜਾਏਗੀ ਸੋ ਤੁਹਾਡੀ ਸੈਲਰੀ ਜਿਹੜੀ ਹੈ 35 400 ਸਕੇਲ ਦੇ ਅਕੋਰਡਿੰਗਲੀ ਹੀ ਰਹੇਗੀ ਇਸਦੇ ਵਿੱਚ ਤੁਹਾਡੀ ਸੈਲਰੀ ਜਿਹੜੀ ਹੈ ਸ਼ੁਰੂ ਸੇ ਜਿਹੜੀ ਕੱਟ ਹੋ ਸਕ ਪਹਿਚੂਰ ਤੋਂ 3 ਸਾਲਾਂ ਲਈ ਉਸ ਤੋਂ ਬਾਅਦ ਜਿਹੜੀ 35400 ਜਿਹੜੀ ਤੁਹਾਨੂੰ ਦਿੱਤੀ ਜਾਏਗੀ ਅਤੇ ਹੋਰ ਸਰਕਾਰੀ ਜਿਹੜੀ ਤੁਹਾਨੂੰ ਜਿਹੜੀ ਬੈਨੀਫਿਟ ਨੇ ਉਹ ਵੀ ਨਾਲ ਦਿੱਤੇ ਜਾਣਗੇ ਜੀ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਉਮਰ ਸੀਮਾ ਦੀ ਤੇ ਮਿਨੀਮਮ 18 ਸਾਲ ਤੇ ਮੈਕਸਿਮਮ 47 ਸਾਲ ਤੋਂ ਵੱਧ ਜਿਹੜੀ ਹੈ ਨਹੀਂ ਹੋਣੀ ਚਾਹੀਦੀ ਸੋ ਇਸ ਦੇ ਵਿੱਚ ਤੁਹਾਡੀ ਜਿਹੜੀ ਏਜ ਹੈ ਉਹ 1 1 2019 ਤੋਂ ਜੋ ਵਿੱਚ ਜਿਹੜੀ ਹੈ ਪੂਰੀ ਹੋਣੀ ਚਾਹੀਦੀ ਹੈ 1847 ਸਾਲ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਇਸ ਦੇ ਵਿੱਚ ਜਿਹੜੀ ਪ੍ਰੋਸੈਸਿੰਗ ਫੀ ਹੈ ਉਹ ਕਿਦਾਂ ਪੇ ਕਰਨੀ ਹੈ ਤੇ ਕੀ ਹੈ ਇਸ ਦੇ ਵਿੱਚ ਅਗਰ ਤੁਸੀਂ ਜਨਰਲ ਕੈਟਾਗਰੀ ਜਾਂ ਹੋਰ ਕਿਸੇ ਕੈਟਾਗਰੀ ਤੋਂ ਤਾਂ ਹਜ਼ਾਰ ਤੁਸੀਂ ਇਹਦੇ ਲਈ ਪੇ ਕਰਨੀ ਹੈ ਰਿਜ਼ਰਵ ਕੈਟਾਗਰੀ ਐਸਸੀ ਐਸਟੀ ਵਾਲਿਆਂ ਲਈ 500 ਹੈ ਦੇ ਸਾਬਕਾ ਸੈਨਿਕ ਖੁਦ ਰਿਟਾਇਰ ਕਰਨਾ ਚਾਹੁੰਦੇ ਨੇ ਤੁਹਾਨੂੰ ਲਈ ਕੋਈ ਫੀਸ ਜਿਹੜੀ ਉਹ ਨਹੀਂ ਲਿੱਤੀ ਜਾਏਗੀ ਇਸ ਦੇ ਵਿੱਚ ਅਬਾਜ ਕੋਟੇ ਅਤੇ ਹੋਰ ਡਿਪਾਰਟਮੈਂਟ ਦੇ ਲਈ ਉਹ ਤੁਸੀਂ ਚੈੱਕ ਕਰ ਲੈਣਾ ਇਹਨਾਂ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਉਸ ਤੋਂ ਬਾਅਦ ਨੈਕਸਟ ਜਿਹੜਾ ਕਿ ਇਸ ਦੇ ਵਿੱਚ ਮੈਂਸ਼ਨ ਕੀਤਾ ਹੈ ਕਿ ਜਿਹੜੇ ਰਾਖਵਾਕਰਨ ਹੋਏਗਾ ਰਿਜ਼ਰਵੇਸ਼ਨ ਹੋਏਗਾ ਉਹ ਸਿਰਫ ਅਤੇ ਸਿਰਫ ਪੰਜਾਬ ਦੇ ਹੀ ਵਾਸੀਆਂ ਨੂੰ ਦਿੱਤਾ ਜਾਏਗਾ ਔਰ ਜਿਹੜੇ ਵੀ ਕੈਂਡੀਡੇਟ ਨੇ ਉਹਨਾਂ ਨੇ ਅਗਰ 10ਵੀਂ ਵਿੱਚ ਪੰਜਾਬੀ ਸਬਜੈਕਟ ਦੇ ਨਾਲ ਪਾਸ ਨਹੀਂ ਕੀਤੀ ਹੈ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਨਹੀਂ ਹੋਵੋਗੇ ਅਤੇ ਜਿਹੜੇ પુરੁਸ਼ ਅਤੇ ਇਸਤਰੀ ਹੋਣਗੇ ਉਹਨਾਂ ਦੀ ਸਾਂਝੀ ਮੈਰਿਟ ਲਿਸਟ ਬਣਾਈ ਆਵੇਗੀ ਉਹਨਾਂ ਲਈ ਕੋਈ ਅਲੱਗ-ਅਲੱਗ ਮੈਰਿਟ ਲਿਸਟ ਜਿਹੜੀ ਉਹ ਤਿਆਰ ਨਹੀਂ ਕੀਤੀ ਜਾਏਗੀ ਜੀ ਤੇ ਇਸ ਦੇ ਵਿੱਚ ਜਿਹੜਾ ਹੈ ਕਿ ਇਕੱਲੀਆਂ ਪੋਸਟਾਂ ਨੇ ਘਟਾਈਆਂ ਜਾਂ ਵਧਾਈਆਂ ਜਾ ਸਕਦੀਆਂ ਜੋ ਕਿ ਸਿੱਖਿਆ ਭਰਤੀ ਡਾਇਰੈਕਟਿਡ ਪੰਜਾਬ ਵੱਲੋਂ ਹੀ ਕੀਤਾ ਜਾਵੇਗਾ ਸੋ ਇਸ ਦੇ ਲਈ ਤੁਸੀਂ ਆਨਲਾਈਨ ਜਿਹੜਾ ਹੈ ਜੀ ਅਪਲਾਈ ਕਰਨਾ ਹੈ ਉਸ ਦੇ ਲਈ ਆਪਾਂ ਚਲੇ ਜਾਨੇ ਹਾਂ ਸੈਕਸ਼ਨ ਨੰਬਰ 8 ਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ ਇਹ ਤੁਸੀਂ ਦੇਖ ਪਾ ਰਹੇ ਹੋ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾਣਾ ਹੈ ਜੋ ਕਿ 1/4/2021 ਤੋਂ ਬਾਅਦ ਓਪਨ ਹੋਏਗੀ ਜੋ ਕਿ ਹੋ ਚੁੱਕੀ ਹੈ ਇਹ ਵੈਬਸਾਈਟ ਦਾ ਐਡਰੈਸ ਹੈ ਜੀ www.educationrecruitmentboard.com ਦੇ ਉੱਪਰ ਇਸ ਦੇ ਵਿੱਚ ਤੁਸੀਂ ਜਿਹੜਾ ਹੈ ਕਿ ਕਿੱਦਾਂ ਕਰਨਾ ਹੈ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਨੀ ਹੈ ਮੈਂ ਤੁਹਾਨੂੰ ਅੱਗੇ ਜਿਹੜਾ ਹੈ ਉਹ ਵੈੱਬਸਾਈਟ ਵੀ ਦਿਖਾ ਦਾਂਗਾ ਰਜਿਸਟ੍ਰੇਸ਼ਨ ਕਰ ਲਈ ਫਸਟ ਸਟੈਪ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਲੌਗਇਨ ਕਰ ਲੈਣਾ ਹੈ ਔਰ ਉਸ ਦੇ ਵਿੱਚ ਆਪਣਾ ਜਿਹੜਾ ਹੈ ਡਿਟੇਲਸ ਨੇ ਉਹ ਸਾਰੀਆਂ ਤੁਸੀਂ ਜਿਹੜੀਆਂ ਭਰ ਦੇਣੀਆਂ ਜਿੱਦਾਂ ਕਿ ਤੁਹਾਡੀ ਪਰਸਨਲ ਵੈਬਸਾਈਟ ਪਰਸਨਲ ਡਿਟੇਲ ਤੁਹਾਡਾ ਨਾਮ ਤੁਹਾਡਾ ਐਡਰੈਸ ਤੁਹਾਡਾ ਪਰਮਨੈਂਟ ਐਡਰੈਸ ਤੁਹਾਡੀ ਕੁਆਲਿਫੀਕੇਸ਼ਨ ਤੁਹਾਡਾ ਐਕਸਪੀਰੀਅੰਸ ਅਤੇ ਹੋਰ ਸਰਟੀਫਿਕੇਟ ਵੀ ਜਿਹੜੇ ਤੁਸੀਂ ਡਿਟੇਲ ਹੈ ਉੱਥੇ ਭਰ ਦੇਣੀਆਂ ਉਸ ਤੋਂ ਬਾਅਦ ਤੁਸੀਂ ਜਦੋਂ ਹੀ ਉਹਨੂੰ ਅਪਡੇਟ ਕਰ ਦਵੋਗੇ ਉਸ ਤੋਂ ਬਾਅਦ ਤੁਸੀਂ ਉਹਨੂੰ ਐਡਿਟ ਨਹੀਂ ਕਰ पाओगे ਮਤਲਬ ਇੱਕ ਵਾਰੀ ਤੁਸੀਂ ਲੌਗਇਨ ਕਰਨ ਤੋਂ ਬਾਅਦ ਡਿਟੇਲ ਭਰ ਲੈਣ ਤੋਂ ਬਾਅਦ ਉਹਨੂੰ ਜਦੋਂ ਸਬਮਿਟ ਕਰ ਦੋਗੇ ਮਤਲਬ ਅਪਡੇਟ ਕਰ ਦੋਗੇ ਤਾਂ ਉਸ ਤੋਂ ਬਾਅਦ ਉਹਨੂੰ ਤੁਸੀਂ ਐਡਿਟ ਜਿਹੜਾ ਨਹੀਂ ਕਰ ਪਾਉਗੇ ਉਸ ਤੋਂ ਬਾਅਦ ਉਹਨੂੰ ਜ ਫੀ ਜਿਹੜੀ ਹੈ ਪੇ ਕਰਨੀ ਪਏਗੀ ਜਿਸ ਦੇ ਵਿੱਚ ਤੁਹਾਡੀ ਜਿਹੜੀ ਕਨਫਰਮ ਹੋ ਜੇਗੀ ਔਰ ਤੁਹਾਨੂੰ ਐਪਲੀਕੇਸ਼ਨ ਫਾਰਮ ਜਿਹੜਾ ਹੈ ਆ ਜਾਏਗਾ ਉਹ ਤੁਸੀਂ ਐਪਲੀਕੇਸ਼ਨ ਫਾਰਮ ਦਾ ਪ੍ਰਿੰਟ ਆਊਟ ਲੈ ਲੈਣਾ ਹੈ ਔਰ ਉਸ ਤੋਂ ਬਾਅਦ ਤੁਸੀਂ ਆਪਣੇ ਲਈ ਰੱਖ ਆਪਣੇ ਕੋਲ ਰੱਖ ਲੈਣਾ ਕਿਉਂਕਿ ਫਿਊਚਰ ਰੈਫਰੈਂਸ ਲਈ ਤੁਹਾਨੂੰ ਜਿਹੜਾ ਇਹ ਯੂਜ਼ ਹੋਏਗਾ ਜੀ ਸੋ ਇਹ ਸੀਗਾ ਜੀ ਅੱਜ ਤੱਕ ਦਾ ਰਿਕਰੂਟਮੈਂਟ ਨੋਟੀਫਿਕੇਸ਼ਨ ਇਹਦੇ ਵਿੱਚ ਅਗਰ ਤੁਹਾਨੂੰ ਕੋਈ ਗੱਲ ਨਹੀਂ ਸਮਝ ਆਉਂਦੀ ਜੇ ਤੁਹਾਨੂੰ ਕੋਈ ਚੀਜ਼ ਲੱਗਦੀ ਹੈ ਕਿ ਜਿਹੜੀ ਨਹੀਂ ਹੈ ਤੁਸੀਂ ਇੱਕ ਵਾਰੀ ਗੋ ਥਰੂ ਕਰ ਲੈਣਾ ਪੂਰਾ ਰਿਕਰੂਟਮੈਂਟ ਜਿਹੜਾ ਨੋਟੀਫਿਕੇਸ਼ਨ ਹੈ ਕਿਉਂਕਿ ਕਾਫੀ ਵੱਡਾ ਨੋਟੀਫਿਕੇ ਕਰਨਾ ਅਸੀਂ ਤੁਹਾਡੇ ਲਈ ਹਮੇਸ਼ਾ ਹੈਲਪ ਕਰਾਂਗੇ ਔਰ ਅਸੀਂ ਤੁਹਾਨੂੰ ਇਸੇ ਤਰ੍ਹਾਂ ਮਿਲਦੇ ਰਹਾਂਗੇ ਨਵੇਂ-ਨਵੇਂ ਨੋਟੀਫਿਕੇਸ਼ਨ ਦੇ ਨਾਲ ਤੋਂ ਅੱਜ ਦਾ ਨੋਟੀਫਿਕੇਸ਼ਨ ਇੱਥੇ ਖਤਮ ਹੁੰਦਾ ਜੀ ਮਿਲਾਂਗੇ ਨਵੇਂ ਨੋਟੀਫਿਕੇਸ਼ਨ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ